ਡੱਬਾ ਜ਼ਮੀਨ ਦੋਸ਼ ਇੱਕ ਸਾਧਾਰਨ ਖਿਡੌਣਾ ਹੈ। ਤੁਹਾਨੂੰ ਲੋੜ ਹੈ ਇੱਕ ਡਿਸਕ ਵਾਲੇ ਡੱਬੇ ਦੀ ਅਤੇ ਇੱਕ ਸਾਈਕਲ ਦੇ ਗੱਜ ਦੀ ਜਿਸ ਦੇ ਵਿੱਚ ਦਿਖਾਏ ਅਨੁਸਾਰ ਸਟ੍ਰਾਅ ਲੱਗੀ ਹੋਵੇ। ਸਾਈਕਲ ਦੇ ਗੱਜ ਨੂੰ ਪਾਣੀ ਦੇ ਮੱਗ ਵਿੱਚ ਰੱਖੋ, ਪਾਣੀ ਉੱਛਲ ਕੇ ਬਾਹਰ ਆਵੇਗਾ। ਪੁਰਾਣੀ ਬੋਤਲ ਤੋਂ ਪੱਖੀ ਬਣਾਓ, ਸਾਈਕਲ ਦੇ ਗੱਜ ਨੂੰ ਢੱਕਣ ਨਾਲ ਜੋੜ ਦਿਓ, ਹਰ ਪੰਖ ਨੂੰ ਮੋੜੋ ਪੱਖੇ ਦੇ ਪਰਾਂ ਵਾਂਗ। ਡਿਸਕ ਦੇ ਡੱਬੇ ਦੇ ਢੱਕਣ ਵਿੱਚ ਗਲੀ ਬਣਾਓ ਅਤੇ ਸਾਈਕਲ ਸਪੋਕ ਨੂੰ ਉਸ ਵਿੱਚ ਬੁਨੋ। ਨੱਟ ਨੂੰ ਟਾਈਟ ਕਰ ਦਿਓ, ਡਿਸਕ ਦੇ ਢੱਕਣ ਨੂੰ ਬੰਦ ਕਰ ਦਿਓ। ਬੋਤਲ ਪੱਖੀ ਘੁੰਮੇਗੀ ਅਤੇ ਜ਼ਮੀਨ ਦੋਸ਼ ਪਾਣੀ ਛਿਣਕੇਗਾ ਡਿਸਕ ਡੱਬੇ ਦੇ ਅੰਦਰ ਅੰਦਰ।